ਅੰਮ੍ਰਿਤਗੜ੍ਹ ਦੇ ਪਿੰਡ ਤੋਲੇਵਾਲ ਵਿਖੇ ਕਾਂਗਰਸੀਆਂ ਵੱਲੋਂ ਦਲਿਤ ਭਾਈਚਾਰੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਜ਼ਮੀਨ ਦੀ ਬੋਲੀ ਨੂੰ ਲੈ ਕੇ ਵਿਵਾਦ ਇੰਨਾ ਵੱਡਾ ਹੋ ਗਿਆ ਕਿ ਦਲਿਤ ਭਾਈਚਾਰੇ ਅਤੇ ਕਾਂਗਰਸੀ ਦੇਖਦੇ ਹੀ ਦੇਖਦੇ ਆਮਣੋ ਸਾਹਮਣੇ ਹੋ ਗਏ ਅਤੇ ਜੰਮ ਕੇ ਡਾਂਗਾਂ ਚੱਲੀਆਂ, ਜਿਸ ਦੇ ਚੱਲਦਿਆਂ ਤਕਰੀਬਨ ਦਲਿਤ ਭਾਈਚਾਰੇ ਦੀਆਂ 9 ਔਰਤਾਂ ਅਤੇ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉੱਧਰ DSP ਅੰਮ੍ਰਿਤਗੜ੍ਹ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਉਹਨੇ ਪੁੱਛਿਆ ਕਿ ਉਹਨਾਂ ਦੀ ਡੋਬੀ ਰੱਖੀ ਸੀ, ਜਦੋਂ ਦੇ ਅਸੀਂ ਗ੍ਰਾਮ ਸਭਾ 'ਚ ਮਤਾ ਪਾਸ ਕਰਕੇ ਦਿੱਤਾ ਹੈ ਕਿ ਕਿਸੇ ਦਾ ਪਤਾ ਨਹੀਂ, ਉਹਨਾਂ ਨੇ ਸਾਡਾ ਮਤਾ ਮਨਜ਼ੂਰ ਵੀ ਕਰ ਲਿਆ। ਸਾਨੂੰ ਉਹਨਾਂ ਨੇ ਭੇਜੀ ਪ੍ਰਪੋਜ਼ਲ ਵੀ ਪ੍ਰੋਪਰ ਤਰੀਕੇ ਨਾਲ ਸਾਨੂੰ ਪ੍ਰਪੋਜ਼ਲ ਕਰ ਕਰਕੇ ਭੇਜੀ, ਉਹਦਾ ਅਸੀਂ ਜਵਾਬ ਵੀ ਦਿੱਤਾ। ਕੱਲ੍ਹ ਫਿਰ ਦੁਬਾਰੇ ਉਹ ਨਾਲ ਸਿਰਫ ਪੰਜ ਦੇ ਘਰੇ ਆ ਕੇ ਇੱਕ ਪੂਰੀ ਪਲੈਨਿੰਗ ਬਣਾਈ ਉਹਨਾਂ ਨੇ। ਸਾਨੂੰ ਕਿਹਾ ਗਿਆ ਵੀ ਸਾਡੇ ਕੋਲ ਫੋਰਸ ਨਹੀਂ ਹੈਗੀ, ਆਉਂਦੇ ਹਾਂ ਅੱਧੇ ਘੰਟੇ ਨੂੰ, ਆਉਂਦੇ ਹਾਂ 10 ਮਿੰਟ ਨੂੰ ਆਉਂਦੇ ਹਾਂ। ਅਸੀਂ ਉਡੀਕ ਕਰੀ ਗਿਆ ਵੀ ਧਰਮਸ਼ਾਲਾ ਦੇ ਵਿੱਚ, ਉਸ ਤੋਂ ਬਾਅਦ ਵੀਡੀਓ ਆਈ, ਅਸੀਂ ਉਹਨੂੰ ਨੋਟਿਸ ਦਿਖਾਇਆ ਵੀ ਦੇਖੋ ਤੁਸੀਂ ਸਾਨੂੰ ਨੋਟਿਸ ਭੇਜਿਆ ਸੀ 33 ਸਾਲਾਂ ਪਿੰਡ ਦੇ ਫੋਟੋ ਲੈਂਦਾ, ਅਸੀਂ ਤੁਹਾਨੂੰ ਨੋਟਿਸ ਭੇਜਤਾ ਵੀ ਸਾਨੂੰ ਪ੍ਰੋਪਰ ਤਰੀਕੇ ਨਾਲ ਦੱਸਿਆ ਜਾਵੇ ਕਿ ਤੁਸੀਂ ਸਾਡੇ ਤੋਂ ਮੰਗ ਕੀ ਰਹੇ ਹੋ 33 ਸਾਲਾਂ ਪਿੰਡ ਦੇ ਲੈਣ ਲਈ। ਉਸ ਤੋਂ ਬਾਅਦ ਅਸੀਂ ਨੇ ਉਹ ਸਾਡੀ ਧੱਕਾ ਕਰਨ ਲੱਗੇ, ਧਰਨਾ ਨੂੰ ਫੜਨ ਲੱਗੇ, ਅਸੀਂ ਉਹਦਾ ਵਿਰੋਧ ਕਰਿਆ ਅਤੇ ਅਸੀਂ ਅੰਦਰ ਵੜਨ ਦਿੱਤੇ। ਉਸ ਤੋਂ ਬਾਅਦ ਉਹ ਗੁਰਦੁਆਰੇ ਆਏ, ਗੁਰਦੁਆਰੇ ਭੱਜ ਕੇ ਪ੍ਰਾਇਮਰੀ ਸਕੂਲ 'ਚ ਪੜ੍ਹੀ, ਉਸ ਤੋਂ ਬਾਅਦ ਉਹ ਆਂਗਣਵਾੜੀ 'ਚ ਪੜ੍ਹੀ। ਇਹ ਜਿਹੜੀ ਪਲੈਨਿੰਗ ਬਣੀ ਆ ਨਾਲ ਦੇ ਘਰੇ ਬਹਿ ਕੇ ਬਣੀ ਆ, ਉੱਥੇ ਉਹਨਾਂ ਦੀਆਂ ਡੰਡੇ ਛੁੱਟੀਆਂ ਜੋ ਰਾੜਾਂ ਵਗੈਰਾ ਪਹਿਲਾਂ ਪਈਆਂ ਸੀ। ਲਾਲ ਸਿੰਘ ਆਉਂਦਾ ਜੀ, ਲਾਲ ਸਿੰਘ ਤਰਪਿਕ ਪਿੰਡ ਦਾ ਆਮ ਲੋਕ ਹੈ ਜੀ, ਕੋਈ ਸਰਪੰਚ ਨਹੀਂ, ਪੰਚ ਨਹੀਂ, ਕੋਈ ਪੰਚਾਇਤ ਮੈਂਬਰ ਨਹੀਂ ਹੈਗਾ। ਮੌਜੂਦਾ ਸਰਪੰਚ ਕੌਣ ਨੇ? ਮੌਜੂਦਾ ਸਰਪੰਚ ਮੇਰਾ ਭਰਾ ਜੀ ਗਿਆ ਸੀ। ਉਹ ਨਹੀਂ ਹੈਗੇ ਜੀ? ਉਹ ਹੈਗੇ ਸੀਗੇ, ਉਹਨੂੰ ਵੀਡੀਓ ਨੇ ਪਰ ਉਹ ਪੰਚ ਲਾਲ ਸਿੰਘ ਸਰਪੰਚ ਨੇ ਇਹ ਕਹਿ ਕੇ ਅੰਦਰ ਨਹੀਂ ਵੜਦਾ ਵੀ ਤੂੰ ਇੱਕ ਚਮਾਰ ਆ, ਚਮਾਰ ਲਾ ਕੇ ਲੈ ਕੇ ਉਹਨੂੰ ਵੜ ਨਹੀਂ ਦਿੱਤਾ ਗਿਆ, ਵੀਡੀ ਬੋਲੀ ਕਰਾਉਣ ਦਾ ਅਧਿਕਾਰ ਆ, ਵੱਡੇ ਸਰਦਾਰਾਂ ਕੋਈ ਆ। ਇਹ ਕਿਹਨੇ ਕਿਹਾ ਤੁਹਾਨੂੰ? ਇਹ ਲਾਲ ਸਿੰਘ ਨੇ ਕਿਹਾ ਵੀਡੀਓ ਨੂੰ ਕਿਹਾ। ਕੁੱਟਮਾਰ ਕਿੰਨੇ ਕਰੀਏ ਤੁਹਾਡੇ ਨੂੰ? ਕੁੱਟਮਾਰ ਕਿੰਨੇ ਕਰੀਏ ਤੁਹਾਡੇ ਨਾਲ? ਕੁੱਟਮਾਰ ਵੀ ਅਸੀਂ ਸਾਡੇ ਜਾਗਰੂਕ ਭਾਈਚਾਰੇ ਸਾਡੀ ਕੁੱਟਮਾਰ ਕਰੀ, ਲਾਲ ਸਿੰਘ ਸਰਪੰਚ ਉਹਦਾ ਸਾਰਾ ਪਰਿਵਾਰ, ਉਹਦਾ ਭਰਾ, ਉਹਦਾ ਮੁੰਡਾ, ਉਹਦਾ ਪਰਿਵਾਰ ਸੀਗਾ, ਜਿਹੜੇ ਹੋਰ ਉਹਦੇ ਗੁੰਡੇ ਬੁਲਾਏ ਹੋਏ ਸੀਗੇ, ਉਸ ਉਹਦੇ ਪਿੰਡ ਦੇ ਵਿੱਚ ਵੀ ਉਹਨੇ ਗੁੰਡੇ ਪਾੜ ਰੱਖੇ ਨੇ, ਉਹ ਵੀ ਉਹਦੇ ਨਾਲ ਸੀਗੇ ਜਿਹਨਾਂ ਨੂੰ ਕਹੇ ਉਹ ਨਾਂ ਲੈ ਸਕਦੇ ਨੇ। ਹਾਂ, ਇੱਕ ਇਹ ਬੱਗਾ ਸੀਗਾ ਅਤੇ ਇੱਕ ਮੁੰਡਾ ਕੀ ਲੱਖਾ ਸੀਗਾ ਜੀ, ਉਹ ਸਹੀ ਬੰਦੇ ਨੇ। ਇਹ ਲਾਲ ਚੌਧਰੀ ਇਕੱਲਾ ਹੀ ਨਹੀਂ ਕੰਮ ਕਰਦਾ, ਇਕੱਲਾ ਉਹ ਸਮੈਕ ਦਾ ਵੀ ਕੰਮ ਕਰਦਾ, ਉਂਗਲੀ ਚਟਾ ਕੇ ਲਿਆਉਂਦਾ, ਚਾਹੇ ਉਹ ਪੰਚਾਇਤ ਸੈਕਟਰੀ ਆ, ਚਾਹੇ BDO ਆ, ਨਸ਼ਾ ਕਰਾ ਕੇ ਲਿਆਏ ਹੋਏ, ਅੱਜ ਵੀ ਉਹਦਾ ਡੋਪ ਟੈਸਟ ਕਰਾ ਲਓ ਜੇ ਉਹ ਨਸ਼ਾ ਨਾ ਕਰਦਾ ਹੋਵੇ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਕੱਲ੍ਹ BDO ਆਈ ਸੀ ਦੰਮੀ ਬੋਲੀ ਕਰਵਾਉਣ, ਅਸੀਂ ਗ੍ਰਾਮ ਸਭਾ 'ਚ ਮਤਾ ਪਾਇਆ ਹੋਇਆ ਸੀ ਜੀ, ਅਸੀਂ ਉਹਨੂੰ ਕਿਹਾ ਸੀ ਵੀ ਮੈਡਮ ਜਾਂ ਤਾਂ ਸਾਡਾ ਮਤਾ ਰੱਦ ਕਰ ਦਿਓ, ਅਸੀਂ ਬੋਲੀ ਕਰਵਾਉਣ ਨੂੰ ਤਿਆਰ ਹਾਂ। ਮੈਡਮ ਨੇ ਕੋਈ ਸਾਡੀ ਸੁਣੀ ਨਹੀਂ ਜੀ, ਪਹਿਲਾਂ ਉਹ ਸਾਡੇ ਧਰਮਸ਼ਾਲਾ 'ਚ ਆਏ, ਉੱਥੋਂ ਉਹ ਗੁਰਦੁਆਰਾ ਸਾਹਿਬ ਚਲੇ ਗਏ, ਗੁਰਦੁਆਰਾ ਸਾਹਿਬ ਤੋਂ ਚਲੇ ਗਏ ਪ੍ਰਾਇਮਰੀ ਸਕੂਲ 'ਚ, ਪ੍ਰਾਇਮਰੀ ਸਕੂਲ 'ਚੋਂ ਆਂਗਣਵਾੜੀ 'ਚ, ਜਿੱਥੇ ਕਿ ਉਹਨਾਂ ਦੇ ਡੰਡੇ ਸੋਟੀਆਂ ਪਲੈਨਿੰਗ ਮੁਤਾਬਕ ਰੱਖੇ ਹੋਏ ਸੀ। ਅਤੇ ਲਾਲ ਸਿੰਘ ਸਰਪੰਚ ਨੇ ਸਾਡੇ ਨਾਲ ਸਾਰੀ ਵਾਰਦਾਤ ਕਰਾਈ ਹੈ। ਲਾਲ ਸਿੰਘ ਸਾਬਕਾ ਸਰਪੰਚ? ਨਹੀਂ ਜੀ, ਉਹ ਪਹਿਲਾਂ ਸੀ 2.5 ਸਾਲ ਸਰਪੰਚ ਕੀਤੇ ਉਹਨੇ ਪਹਿਲਾਂ ਪਿਛਲੇ ਸਮੇਂ 'ਚ, ਹੁਣ ਉਹ ਕੋਈ ਪੰਚ ਨਹੀਂ ਸਰਪੰਚ ਨਹੀਂ, ਸਿਰਫ ਗੁੰਡਾਗਰਦੀ ਕਰਾ ਰਹੇ ਹਾਂ ਜੀ। ਜਿਹੜੇ ਹੁਣ ਸਰਪੰਚ ਨੇ ਉਹ ਕੌਣ ਨੇ? ਉਹ ਬੇਅੰਤ ਸਿੰਘ ਮੇਰੇ ਹਸਬੈਂਡ ਨੇ। ਉਹ ਨਹੀਂ ਵੜਨ ਦਿੱਤੇ? ਨਹੀਂ ਜੀ, ਉਹ ਵੜਦੇ ਕਹਿੰਦੇ ਇਹਨਾਂ ਚਮਾਰਾਂ ਗਿੱਟਰਾਂ ਨੂੰ ਕਿਤੇ ਕੋਈ ਬੋਲੀਆਂ ਕਰਾਉਣ ਦਾ ਅਧਿਕਾਰ ਆ, ਕਿ ਇਹ ਸਰਪੰਚ ਹੀ ਕਰ ਸਕਦੇ ਨੇ, ਸਾਨੂੰ ਜਾਤੀ ਤੌਰ 'ਤੇ ਕੋਈ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਅਸੀਂ ਕੋਈ ਲੜਾਈ 'ਚ ਨਹੀਂ ਸੀ, ਪੜ੍ਹਾਈ ਨਹੀਂ, ਸਾਡੇ ਨਾਲ ਤਾਂ ਬਸ ਉਹਨਾਂ ਨੇ, ਮੇਰੇ ਨਾਲ ਤਾਂ ਉਹਨਾਂ ਨੇ ਲੱਖਾ ਸੀਗਾ, ਲੱਖੇ ਨੇ ਸਾਡੇ ਨਾਲ ਤਾਂ ਉਹ ਕੀਤਾ ਨਹੀਂ, ਧੱਕਾ ਸਾਈ ਕੀਤੀ ਆ। ਦੇਖੋ ਬੈਠੇ ਨੇ, ਇਹਨਾਂ ਦੇ ਕੱਪੜੇ ਵੀ ਫਾੜੇ ਨੇ, ਦੇਖ ਸਕਦੇ ਹੋ ਤੁਸੀਂ, ਇਹਦੇ ਕੱਪੜੇ ਫਾੜੇ ਨੇ। ਲੱਖਾ ਸਿੰਘ ਨੇ ਕੱਪੜੇ ਫਾੜੇ ਨੇ ਸਾਡੇ, ਹੁਣ ਤੁਹਾਡੀ ਕੀ ਮੰਗ ਹੈ? ਨਾਲੇ ਰਾੜਾ ਮਾਰੀ ਮੰਗ ਇਹੀ ਆ ਜੀ, ਸਾਨੂ
ਅੱਗੇ ਵਾਸਤੇ ਸਾਡੇ ਗਰੀਬ ਲੋਕਾਂ ਨਾਲ ਐਵੇਂ ਧੱਕਾ ਨਾ ਹੋਵੇ, ਸਾਡੀ ਇਹੀ ਮੰਗ ਆ, ਸਾਡੀ ਕਾਨੂੰਨੀ ਕਾਰਵਾਈ ਕਰੋ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਸਾਡੀਆਂ ਗਾਹਾਂ ਅੱਗੇ ਧੀਆਂ ਭੈਣਾਂ ਵੀ ਨੇ, ਉਹਨਾਂ ਨਾਲ ਇੱਕ ਨਾ ਹੋਵੇ। ਚਰਨਜੀਤ ਸਿੰਘ ਜੀ, ਚਰਨਜੀਤ ਸਿੰਘ ਬੱਗਾ ਜੀ, ਪੱਟੀ ਆ ਜੀ, ਇਹ ਲਾਲ ਸਿੰਘ ਦੇ ਹੀ ਬੰਦੇ ਨੇ ਸਾਰੇ, ਜਿਨ੍ਹਾਂ ਨੇ ਸਾਡੇ ਨਾਲ ਧੱਕੇ ਸਾਹੀ ਕੀਤੀ ਆ। ਸਾਡੀ ਇੱਕ ਬੀਬੀ, ਉਹ ਬਹੁਤ ਹੀ ਸੀਰੀਅਸ ਆ, ਸ਼ਾਇਦ ਉਹਨੂੰ ਚੰਡੀਗੜ੍ਹ ਭੇਜਿਆ ਜਾਵੇ। ਇੱਕ ਸਾਡੀ ਭੈਣ ਆ, ਉਹ ਮਰੇਲਕੋਟਲੇ ਆ ਜੀ, ਉਹ ਵੀ ਬਹੁਤ ਜ਼ਿਆਦਾ ਸੀਰੀਅਸ, ਉਹਦਾ ਬੋਲ ਵੀ ਨਹੀਂ ਨਿਕਲਦਾ, ਉਹਦੀ ਛਾਤੀ 'ਤੇ ਲੱਤਾਂ ਮਾਰੀਆਂ ਨੇ, ਕਸੂਤੇ ਥਾਵੇਂ ਲੱਤਾਂ ਮਾਰੀਆਂ ਨੇ ਲਾਲ ਦੇ ਗੁੰਡਿਆਂ ਨੇ। ਸਾਨੂੰ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਕਿੰਨੇ ਬੰਦੇ ਸੀ ਉਹ? ਅਣਗਿਣਤ ਬੰਦੇ ਸੀ ਜੀ, 12 ਬੰਦੇ ਬੁਲਾਏ ਹੋਏ ਸੀ ਉਹਨਾਂ ਨੇ। ਟੋਟਲ ਕਿੰਨੇ ਮਰੀਜ਼ ਆਏ ਸੀ ਤੁਹਾਡੇ ਕੋਲ? ਵੈਸੇ ਤਾਂ ਨੋਰਮਲ ਸੀਗੀਆਂ ਸਾਰਿਆਂ ਦੇ, ਇੱਥੇ ਹੋ ਗਿਆ ਸੀ, ਦੋ ਸੀਗੇ ਪੇਸ਼ੈਂਟ, ਇੱਕ ਨੂੰ ਰਜਿੰਦਰਾ ਪਟਿਆਲੇ ਭੇਜਤਾ ਸੀਗਾ, ਰੈਫਰ ਕਰਤਾ ਸੀ ਫਸਟ ਏਡ ਦੇ ਕੇ, ਇੱਕ ਨੂੰ ਮਲੇਰਕੋਟਲੇ ਭੇਜਿਆ ਵਾ। ਉਰੇ ਕਿੰਨੇ ਨੇ ਪੇਸ਼ੈਂਟ? ਇੱਥੇ ਆਪਣੇ ਕੋਲ ਅੱਜ ਦੀ ਡੇਟ 'ਚ 4 ਤਾਂ ਰੈਫਰ ਹੋ ਗਏ ਅਤੇ ਬਾਕੀ 12-13 ਇੱਥੇ ਪਏ ਆ ਹਜੇ। ਇਹਨਾਂ ਦੇ ਕਿੰਨੇ ਇੰਜਰੀ ਜਿਹੜੇ ਉਰੇ ਨੇ? ਇੰਜਰੀਜ ਨੋਰਮਲ ਸੀਗੀਆਂ, ਬਾਕੀ ਐਕਸਰੇਜ਼ ਅਤੇ ਹੱਡੀਆਂ ਦੇ ਡਾਕਟਰ ਦਾ ਓਪੀਨੀਅਨ ਲੈਣ ਲਈ ਆਪਾਂ ਇਹਨਾਂ ਨੂੰ ਮਲੇਰਕੋਟਲੇ ਰੈਫਰ ਕੀਤਾ ਗਿਆ ਇਸ ਵਾਰ। ਪੁਲਿਸ ਨੇ ਬਿਆਨ ਲੈ ਲਿਆ? ਸ਼ਾਇਦ ਹਜੇ ਤੱਕ ਨਹੀਂ ਲੱਗਦਾ। ਖਤਰੇ ਤੋਂ ਬਾਅਦ? ਹਾਂਜੀ। ਜ਼ਮੀਨ ਨੂੰ ਲੈ ਕੇ ਕੀ ਵਿਵਾਦ ਸੀਗਾ, ਕਿੰਨੇ ਕੁ ਬੰਦੇ ਇੰਜਰ ਵਗੈਰਾ ਨੇ, ਕੀ ਪੁਲਿਸ ਨੇ ਕਾਰਵਾਈ ਕੀਤੀ? ਤੋਲਾਵਾਲ ਵਿਖੇ ਕਰੀਬ 27 ਵਿਘੇ ਜ਼ਮੀਨ ਪੰਚਾਇਤ ਦੀ SC ਭਾਈਚਾਰੇ ਨਾਲ 80 ਕੋਠੇ ਦੀ ਜ਼ਮੀਨ ਦੀ ਕੱਲ੍ਹ ਬੋਲੀ ਸੀ, ਵੀਡੀਓ ਦੀ ਹਾਜ਼ਰੀ ਵਿੱਚ ਬੋਲੀ ਹੋ ਰਹੀ ਸੀ। ਉੱਥੇ 80 ਕੋਟੇ ਦੇ ਨਾਲ ਜ਼ਮੀਨ ਨਾਲ ਸੰਬੰਧਿਤ ਦੋਨਾਂ ਤਰ੍ਹਾਂ ਦੇ ਦੋ ਹੀ ਗਰੁੱਪ ਸਨ, ਇੱਕ ਸਰਪੰਚ ਗਰੁੱਪ ਸੀ ਬਿਜ ਸਿੰਘ, ਦੂਸਰੇ ਪਾਸੇ ਲਾਲ ਸਿੰਘ ਗਰੁੱਪ ਹੈਗਾ, ਦੋਵੇਂ ਤਰ੍ਹਾਂ SC ਹੈਗੀ ਹੈ। ਜੋ ਸਰਪੰਚ ਗਰੁੱਪ ਬਿਜ ਸਿੰਘ ਸੀ, ਉਹ ਕਹਿੰਦਾ ਸੀ ਜਿਹੜੀ ਜ਼ਮੀਨ ਹੈਗੀ ਬੋਲੀ ਦੇ ਕਰੀਬ 33 ਸਾਲ ਵਾਸਤੇ ਲੀਜ਼ 'ਤੇ ਦਿੱਤੀ ਜਾਵੇ, ਅਤੇ ਦੂਸਰਾ ਲਾਲ ਸਿੰਘ ਗਰੁੱਪ ਕਹਿੰਦਾ ਸੀ ਵੀ 1 ਸਾਲ ਵਾਸਤੇ ਲੀਜ਼ 'ਤੇ ਦਿੱਤੀ ਜਾਵੇ। ਪਰ ਮੈਡਮ ਵੀਡੀਓ ਵੀ ਕਹਿੰਦੀ ਸੀ ਵੀ ਇਹ ਜਿਹੜੀ ਜ਼ਮੀਨ ਹੈ, ਖੇਤੀਯੋਗ ਜ਼ਮੀਨ ਹੈ, 1 ਸਾਲ ਵਾਸਤੇ ਲੀਜ਼ 'ਤੇ ਦਿੱਤੀ ਜਾਊਗੀ, 33 ਸਾਲ ਵਾਸਤੇ ਲੀਜ਼ 'ਤੇ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ। ਜੋ ਮੈਡਮ ਨੇ ਕਿਹਾ ਅਤੇ ਇਸਦੇ ਸੰਬੰਧ ਵਿੱਚ ਜਿਹੜਾ ਬਿਜ ਸਿੰਘ ਧੜਾ, ਉਹ ਆਪਦੇ ਬੰਦੇ ਲੈ ਕੇ ਦੂਸਰੇ ਧੜੇ 'ਤੇ ਗੱਲ ਪੈ ਗਿਆ ਮੈਡਮ ਵੀਡੀਓ ਦੀ ਹਾਜ਼ਰੀ ਵਿੱਚ, ਇਹਦੇ ਸੰਬੰਧ ਦੋਨਾਂ ਤਰ੍ਹਾਂ ਦਾ ਤਕਰਾਰ ਹੋ ਗਿਆ। ਉਹ ਮੈਡਮ ਵੀਡੀਓ ਨੇ ਜੋ ਵੀ ਸਾਨੂੰ ਲਿਖ ਕੇ ਰਿਟਰਨ ਪਰਚਾ ਦਿੱਤਾ ਹੈਗਾ, ਉਹਦੇ ਸੰਬੰਧ ਅਸੀਂ ਥਾਣੇ 92 ਨੰਬਰ ਥਾਣੇ ਅਮਰਗੜ੍ਹ FIR ਦਰਜ ਕਰਤੀ ਹੈ। ਦੋਨਾਂ ਤਰ੍ਹਾਂ ਦੇ ਸੰਬੰਧ ਵਿੱਚ, ਲੜਾਈ ਦੇ ਸੰਬੰਧ ਵਿੱਚ ਕਰੀਬ 15 ਬੰਦੇ ਦਾਖਲ ਆ, ਉਹ ਜੋ ਵੀ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ, ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ। ਸਰ, ਮੀਡੀਆ ਉੱਤੇ ਡਾਠੀ ਨਾਲ ਕਾਫੀ ਲੜਾਈ ਹੋਈ ਹੈ ਅਤੇ ਕਾਫੀ ਮਤਲਬ ਹੋ ਗਿਆ ਜੋ ਲੜਾਈ ਹੋਈ ਹੈ, ਮਤਲਬ ਜਿੱਥੇ ਬੋਲੀ ਹੋ ਰਹੀ ਸੀ ਉਸ ਤੋਂ ਬਾਅਦ ਦੋਨਾਂ ਤਰ੍ਹਾਂ ਦੀ ਲੜਾਈ ਹੋਈ ਹੈ, ਅਸੀਂ ਵੀ ਵੀਡੀਓ ਦੇਖੀ ਲੜਾਈ ਹੋਈ ਹੈ। ਇਹਦੇ ਸੰਬੰਧ ਵਿੱਚ ਜੋ ਵੀ ਬਣਦੀ ਸਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ, FIR ਸਾਡੇ ਵੱਲੋਂ ਦਰਜ ਕੀਤੀ ਗਈ ਪਹਿਲਾਂ ਆਲਰੇਡੀ। ਜਿਹੜੇ ਦਲਿਤ ਭਾਈਚਾਰੇ ਦੇ ਐਡਮਿਟ ਨੇ ਸਰ, ਉਹਨਾਂ ਵੱਲੋਂ ਉਹਨਾਂ ਦੇ ਬਿਆਨ ਲੈ ਕੇ ਕੀਤੀ ਗਈ ਹੈ ਜਾਂ ਦੂਸਰੇ? ਇਹਦੇ ਸੰਬੰਧ ਵਿੱਚ ਦੋਨੇ ਤਰ੍ਹਾਂ SC ਬਰਾਦਰੀ ਨਾਲ ਸੰਬੰਧਿਤ ਹੈਗੀ ਅਤੇ SC ਬਰਾਦਰੀ ਦੀ ਜ਼ਮੀਨ ਹੈਗੀ। ਜਿਹੜੇ ਸਰ ਅਮਰਗੜ੍ਹ 18-19 ਹੈਗੇ ਨੇ ਆਪਣੇ, 9 ਤਾਂ ਲੇਡੀਜ਼ ਨੇ, 3 ਜੈਂਟਸ ਨੇ, ਉਹ ਦਾਖਲ ਨੇ ਉੱਥੇ, ਐਡਮਿਟ ਨੇ ਸਾਰੇ? ਜੋ ਵੀ ਵਿਅਕਤੀ ਦਾਖਲ ਨੇ ਦੋਨਾਂ ਤਰ੍ਹਾਂ ਦੇ, ਸਾਰੇ SC ਬਰਾਦਰੀ ਨਾਲ ਹੀ ਸੰਬੰਧਿਤ ਹੈ। ਉਹਨਾਂ ਦੇ ਬਿਆਨਾਂ 'ਤੇ ਪਰਚਾ ਕਰੂੰਗੇ, ਉਹਨਾਂ ਦੇ ਬਿਆਨਾਂ 'ਤੇ ਵੀ ਜੋ ਬਣਦੀ ਕਾਰਵਾਈ ਕੀਤੀ ਜਾਊਗੀ। ਇਸ ਸੰਬੰਧ ਵਿੱਚ ਪਹਿਲੇ ਸਾਡੇ ਵੱਲੋਂ FIR ਦਰਜ ਕੀਤੀ ਗਈ, ਜੋ ਲੜਾਈ ਹੋਈ ਸੀ ਵੀਡੀਓ ਦੇ ਬਿਆਨ 'ਤੇ, ਵੀਡੀਓ ਵਾਲੇ ਮੌਕੇ 'ਤੇ ਸੀ, ਉਹਨਾਂ ਜੋ ਸਾਨੂੰ ਪੱਤਰ ਦਿੱਤਾ, ਉਸ ਪੱਤਰ ਦੇ ਆਧਾਰ 'ਤੇ ਅਸੀਂ ਥਾਣੇ ਅਮਰਗੜ੍ਹ FIR ਦਰਜ ਕਰਤੀ ਹੈ। ਇਸ ਸੰਬੰਧ ਵਿੱਚ ਤਫਤੀਸ਼ ਦੇ ਦੌਰਾਨ ਜੋ ਵੀ ਫੈਕਟ ਸਾਹਮਣੇ ਆਉਣਗੇ, ਉਹ ਲੜੀਂਦੀ ਕਾਰਵਾਈ ਕੀਤੀ ਜਾਊਗੀ, ਦੋਨਾਂ ਤਰ੍ਹਾਂ ਦੇ ਖਿਲਾਫ਼ ਕੀਤੀ ਜਾਊਗੀ। ਅਤੇ ਸਰ, ਇੱਕ ਬਾਗੜੀਆਂ ਦੀ ਲੇਡੀਜ਼ ਨੇ ਦਿੱਤੀ ਹੈ ਐਪਲੀਕੇਸ਼ਨ ਦਿੱਤੀ ਹੈ। ਅਮਰਗੜ੍ਹ ਤੋਂ ਰਣਜੀਤ ਮਣੀ ਅਤੇ ਸੰਜੇ ਅਵਰੋਲ ਦੀ ਰਿਪੋਰਟ।